ਜ਼ਿਲ੍ਹਾ ਤਰਨ ਤਾਰਨ ਦੇ ਪੈਂਦੇ ਕਸਬਾ ਖੇਮਕਰਨ ਵਿੱਚ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕ ਇਲਾਜ ਲਈ ਪਰੇਸ਼ਾਨ ਹੋ ਰਹੇ ਨੇ ਅਤੇ ਹਸਪਤਾਲ ਵਿੱਚ ਸਾਫ਼ ਸਫਾਈ ਤੋਂ ਵੀ ਦੁਖੀ ਲੋਕ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਨੇ ਤੇਜ਼ੀ ਨਾਲ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਲੋਕਡਾਊਨ ਕੀਤਾ ਹੋਇਆ ਇਸ ਦੇ ਬਾਵਜੂਦ ਖੇਮਕਰਨ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਮਕਰਨ ਦੇ SMO ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਬਲਾਕ ਵਿੱਚ ਖੇਮਕਰਨ ਹੀ ਹਸਪਤਾਲ ਹੈ ਜਿਸ ਵਿੱਚ 8 ਸਫਾਈ ਕਰਮਚਾਰੀ ਹੋਣੇ ਜ਼ਰੂਰੀ ਨੇ, ਜਿਸ ਵਿੱਚ 2 ਕਰਮਚਾਰੀ ਹਨ ਜੋ ਆਪਣੀ ਡਿਊਟੀ 24 ਘੰਟੇ ਕਰ ਰਹੇ ਨੇ। ਜਿੱਥੇ ਹਸਪਤਾਲ ਵਿੱਚ 9 ਤੋਂ 10 ਡਾਕਟਰ ਹੋਣੇ ਚਾਹੀਦੇ ਹਨ, ਸਿਰਫ ਇੱਕ ਹੀ ਡਾਕਟਰ ਹੈ ਜੋ ਸਾਰੇ ਮਰੀਜ਼ਾਂ ਨੂੰ ਦੇਖ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ ਕਿ ਖੇਮਕਰਨ ਹਸਪਤਾਲ ਵਿੱਚ ਡਾਕਟਰ ਅਤੇ ਸਫਾਈ ਕਰਮਚਾਰੀਆਂ ਦੀ ਜ਼ਰੂਰਤ ਹੈ। ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸੋਮਵਾਰ ਨੂੰ ਡਾਕਟਰ ਜ਼ਰੂਰ ਭੇਜ ਦਿਆਂਗੇ। ਕੋਈ ਵੀ ਡਾਕਟਰ ਮੌਜੂਦ ਨਹੀਂ ਹੁੰਦਾ, ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਕਿਉਂਕਿ 15 ਤੋਂ 20 ਹਜ਼ਾਰ ਦੀ ਆਬਾਦੀ। ਕੀ ਕਹਿਣਾ ਚਾਹੁੰਦੇ ਸਰ? ਇਹ ਤਾਂ ਇਹ ਕਿ ਸ਼ੋਰਟੇਜ ਆਫ ਡਾਕਟਰ ਕਰਕੇ ਸਾਡੇ ਕੋਲ ਸਿਰਫ 30 ਡਾਕਟਰ ਆ, ਠੀਕ ਹੈ ਜੀ, ਅਤੇ 24 ਆਵਰ ਡਿਊਟੀ ਕਰਦਾ ਹੈ, ਇਸ ਲਈ ਕਈ ਵਾਰ ਆਨ ਕਾਲ ਹੁੰਦੇ ਆ। ਅਤੇ ਸਰ ਹੋਸਪਿਟਲ ਦੇ ਵਿੱਚ ਜੋ ਪੰਜੀਸ਼ਨ ਬਣੀ ਪਈ ਹੈ, ਸਫਾਈ ਵਿਵਸਥਾ ਦਾ ਹਾਲ ਬੁਰਾ ਹੈਗਾ, ਟੋਇਲਟ ਵਗੈਰਾ ਬਹੁਤ ਗੰਦੇ ਆ, ਬਹੁਤ ਬੁਰਾ ਹਾਲ ਹੈ, ਉਹਦੇ ਬਾਰੇ ਕੀ? ਸਵੀਪਰ ਵੀ ਆਪਣੇ ਕੋਲ ਕਮੀ ਹੈ, ਜਿੱਥੇ 7-8 ਸਵੀਪਰ ਹੁੰਦੇ ਉੱਥੇ ਸਿਰਫ ਸਾਡੇ ਕੋਲ 2 ਆ। ਜਿੱਦਾਂ ਡਾਕਟਰ ਤਕਰੀਬਨ 9 ਤੋਂ 10 ਹੁੰਦੇ ਇੱਕ ਬਲੋਕ 'ਚ, ਖੇਮਕਰਨ ਬਲੋਕ 'ਚ, ਪਰ ਸਿਰਫ ਸਾਡੇ ਕੋਲ 1 ਡਾਕਟਰ ਆ। ਫਿਰ ਡਿਪਾਰਟਮੈਂਟ ਨੂੰ ਉੱਪਰ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ? ਹਾਂਜੀ, ਹਾਈ ਅਥੋਰਟੀ ਨੂੰ ਲਿਖ ਕੇ ਭੇਜਿਆ ਸੀ। ਕੀ ਕੋਈ ਆਇਆ ਰਿਸਪੋਂਸ ਆਇਆ ਉਹਨਾਂ ਵੱਲੋਂ? ਨਹੀਂ ਯਾਰ, ਉਹਨਾਂ ਨੇ ਦਿੱਤਾ ਹੈ, ਮਤਲਬ ਪ੍ਰੋਮਿਸ ਕੀਤਾ ਕਿ ਆਉਣਗੇ, ਪਰ ਕੋਈ ਇੱਦਾਂ ਨਹੀਂ ਆਇਆ ਜੀ। ਠੀਕ ਹੈ, ਧੰਨਵਾਦ।